ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਸ ਨੂੰ ਸਿੱਧ ਕਰਨ ਲਈ ਅੱਜ ਅਸੀਂ ਇੱਕ ਕਿਰਿਆ ਕਰਾਂਗੇ। ਇਸ ਕਿਰਿਆ ਦੇ ਲਈ ਲੋੜ ਹੈ ਸਾਨੂੰ ਤਿੰਨ ਤ੍ਰਿਭੁਜਾਂ ਦੀ। ਇਹ ਤਿੰਨੋਂ ਤ੍ਰਿਭੁਜਾਂ ਇੱਕ ਦੂਸਰੇ ਦਾ ਪ੍ਰਤੀਰੂਪ ਹੋਣੀਆਂ ਚਾਹੀਦੀਆਂ ਹਨ। ਕਹਿਣ ਦਾ ਮਤਲਬ ਕਿ ਇਹਨਾਂ ਦੀ ਭੁਜਾਵਾਂ ਦੀ ਲੰਬਾਈ ਅਤੇ ਕੋਣਾਂ ਦਾ ਮਾਪ ਬਰਾਬਰ ਹੋਣਾ ਚਾਹੀਦਾ ਹੈ, ਜਿਵੇਂ ਕਿ ਇਸ ਤਰ੍ਹਾਂ। ਹੁਣ ਮੈਂ ਸਭ ਤੋਂ ਪਹਿਲੀ ਤ੍ਰਿਭੁਜ ਲਵਾਂਗਾ ਤੇ ਇਸ ਨੂੰ, ਜੋ ਕਿ ਮੈਂ ਇਹ 180 ਡਿਗਰੀ ਦਾ ਕੋਣ ਬਣਾਇਆ ਹੈ, ਉਸ ਦੇ ਬਿੰਦੂ ਦੇ ਉੱਤੇ ਰੱਖਾਂਗਾ। ਫਿਰ ਦੂਸਰੇ ਨੰਬਰ ਦਾ ਕੋਣ, ਫਿਰ ਤੀਸਰੇ ਨੰਬਰ ਦਾ ਕੋਣ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਤਿੰਨੇ ਕੋਣਾਂ ਨੂੰ ਜਦੋਂ ਅਸੀਂ ਜੋੜ ਕੇ ਰੱਖੀਏ ਤਾਂ ਇਹਨਾਂ ਦਾ ਮਾਪ ਵੀ 180 ਡਿਗਰੀ ਹੀ ਆਉਂਦਾ ਹੈ। ਜੇ ਮੈਂ ਇਹਨਾਂ ਨੂੰ ਬਦਲਦਾ, ਮੈਂ ਦੋ ਨੰਬਰ ਕੋਣ ਨੂੰ ਇੱਧਰ ਕਰ ਦਿਆਂ, ਇੱਕ ਨੰਬਰ ਦੀ ਜਗ੍ਹਾ ਬਦਲ ਦਿਆਂ ਔਰ ਤਿੰਨ ਨੰਬਰ ਨੂੰ ਵੀ ਇਸ ਤਰ੍ਹਾਂ ਰੱਖਾਂ, ਤਾਂ ਤੁਸੀਂ ਦੇਖੋਗੇ ਕਿ ਇਹ ਤਿੰਨਾਂ ਕੋਣਾਂ ਦਾ ਜੋੜ 180 ਹੀ ਆ ਰਿਹਾ ਹੈ।